ਕਿਸਾਨ ਅੰਦੋਲਨ ਸੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਕਿਸਾਨ ਧਰਨੇ ਤੇ ਬੈਠੇ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਜਾਣਾ, ਲੇਕਿਨ ਅਜੇ ਦਿੱਲੀ ਨਹੀਂ ਜਾਇਆ ਜਾ ਰਿਹਾ, ਉੱਥੇ ਧਰਨੇ 'ਚ ਬੈਠੇ ਹੈ। ਲੇਕਿਨ ਇੱਕ ਚੀਜ਼ ਸਾਹਮਣੇ ਆਈ ਹੈ, ਹਿੰਦੂ ਸਿੱਖ ਭਾਈਚਾਰੇ ਦੀ ਅੰਕਿਤ ਕਰਾਂਗੇ। ਜਿਹੜੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ, ਗੱਡੀਆਂ ਲੈ ਕੇ ਦਿੱਲੀ ਲਿਆਉਣਾ ਚਾਹੁੰਦੇ, ਬਾਰਡਰ ਤੇ ਖੜੇ ਖਨੌਰੀ ਦੇ, ਉੱਥੇ ਉਹਨਾਂ ਦੀ ਗੱਡੀਆਂ ਤੇ ਜਿਸ ਦਿਨ 21 ਤਾਰੀਖ ਨੂੰ ਕਿਸਾਨਾਂ ਤੇ ਆਸੂ ਗੈਸ ਦੇ ਗੋਲੇ ਛੱਡੇ ਗਏ, ਗੋਲੀਆਂ ਚਲਾਈ ਗਈ, ਜਿਹੜੇ ਕਿਸਾਨਾਂ ਨੇ ਕਿਹਾ ਉਸਦੇ ਵਿੱਚ ਗੱਡੀਆਂ ਦਾ ਨੁਕਸਾਨ ਕਿਸਾਨਾਂ ਦਾ ਹੋਇਆ, ਟਾਇਰ ਪੈਂਚਰ ਹੋਏ, ਟਾਇਰਾਂ ਦਾ ਨੁਕਸਾਨ ਹੋਇਆ। ਇਹ ਉਸ ਦੀ ਮਿਸਾਲ ਬਣੇ ਹਿੰਦੂ ਸਿੱਖ ਏਕਤਾ ਭਾਈਚਾਰੇ ਦੀ ਅੰਕਿਤ ਗਰਗ, ਜਿਨ੍ਹਾਂ ਨੇ ਹਰ ਜਿਹੜਾ ਕਿਸਾਨ ਥਾ ਜਿਹਨੇ ਗੱਡੀਆਂ ਨੁਕਸਾਨ ਹੋਇਆ, ਉਹਨੇ ਪੈਂਚਰ ਹੋਏ ਹੈ, ਉਹਨਾਂ ਦੇ ਪੈਂਚਰ ਉਸ ਦਿਨ ਤੋਂ ਮੁਫਤ ਲਾਏ ਜਾ ਰਹੇ ਹੈ, ਟਾਇਰ ਬਦਲੇ ਜਾ ਰਹੇ ਹੈ, ਟੁੱਬਾਂ ਬਦਲੇ ਜਾ ਰਹੀਆਂ। ਗੱਲਬਾਤ ਕਰਦੇ ਹਾਂ ਹਿੰਦੂ ਤੇ ਕਿਸਾਨਾਂ ਦੇ ਵਿੱਚ, ਜੋ ਵੀ ਤਰੇੜਾਂ ਪਾਉਣ ਦੀ ਕੋਸ਼ਿਸ਼ ਕਰਦੀਆਂ ਨੇ ਉਹ ਸਰਕਾਰਾਂ ਕਰਦੀਆਂ ਨੇ। ਗਰਾਊਂਡ ਲੈਵਲ ਦੇ ਉੱਤੇ ਅਸੀਂ ਸਾਰੇ ਇਕੱਠੇ ਭਰਾ, ਇਹਨਾਂ ਨਾਲ ਸਾਡਾ 9 ਮਾਸ ਦਾ ਰਿਸ਼ਤਾ ਹੈ। ਕਿਸੇ ਨੂੰ ਅਸੀਂ ਚਾਚਾ ਕਹਿੰਦੇ ਹਾਂ, ਕਿਸੇ ਨੂੰ ਅਸੀਂ ਤਾਇਆ ਕਹਿੰਦੇ ਹਾਂ, ਕਿਸੇ ਨੂੰ ਭਰਾ ਕਹਿ ਕੇ ਬੁਲਾਉਂਦੇ ਹਾਂ। ਸਾਡਾ ਗਰਾਊਂਡ ਲੈਵਲ ਦੇ ਉੱਤੇ ਇਹਨਾਂ ਨਾਲ ਇੱਦਾਂ ਦਾ ਰਿਸ਼ਤਾ ਹੈ ਕਿ ਆਪਦੇ ਪਰਿਵਾਰਕ ਮੈਂਬਰ ਅਸੀਂ ਸਮਝਦੇ ਹਾਂ, ਪਰਿਵਾਰਕ ਮੈਂਬਰ ਇਹ ਸਾਨੂੰ ਸਮਝਦੇ ਹੈ। ਕਿੰਨੇ ਕੁ ਤੁਸੀਂ ਇਸ ਦੌਰਾਨ ਅੰਦੋਲਨ ਚੱਲ ਰਿਹਾ, ਧਰਨਾ ਚੱਲ ਰਿਹਾ, ਕਿੰਨੇ ਕਿਸਾਨਾਂ ਦੇ ਟਾਇਰਾਂ ਦੇ, ਕਾਰਾਂ ਦੇ, ਟਰੈਕਟਰਾਂ ਦੇ, ਹੋਰ ਗੱਡੀਆਂ ਦੇ ਤੁਸੀਂ ਕਰ ਸਕੋ? 21 ਤਰੀਕ ਨੂੰ ਜਦੋਂ ਪੰਜਾਬ ਹਰਿਆਣਾ ਪੁਲਿਸ ਦੇ ਇੱਧਰ ਆ ਕੇ ਸਾਡੇ ਕਿਸਾਨਾਂ ਦੀਆਂ ਟਰਾਲੀਆਂ ਟਰੈਕਟਰ ਦੇ ਉੱਤੇ ਆ ਕੇ ਲਾਠੀ ਚਾਰਜ ਕੀਤਾ, ਗੱਡੀਆਂ ਤੋੜੀਆਂ, ਉੱਥੇ ਯੂਟੀਲਿਟੀ ਗੱਡੀਆਂ ਖੜੀਆਂ ਸੀ ਉਹਨਾਂ ਦੀ ਤੋੜ ਭੰਨ ਕੀਤੀ, ਤਕਰੀਬਨ 15 ਤੋਂ 20 ਟਰੈਕਟਰ ਟਰਾਲੀਆਂ ਨੇ, 4-5 ਯੂਟੀਲਿਟੀਆਂ ਗੱਡੀਆਂ ਨੇ, 1 ਗੱਡੀ ਹੈ ਸਵਿਫਟ, ਉਹਨਾਂ ਸਾਰੀਆਂ ਗੱਡੀਆਂ ਦੇ ਟਾਇਰ ਚੇਂਜ ਕਰ ਦਿੱਤੇ ਨੇ। ਜਿਨ੍ਹਾਂ ਦੇ ਟਾਇਰ ਚੇਂਜ ਹੋਣੇ ਸੀ ਟਾਇਰ ਕਰਤੇ, ਜਿਨ੍ਹਾਂ ਦੀਆਂ ਟਿਊਬਾਂ ਚੇਂਜ ਹੋਣੀਆਂ ਸੀ ਟਿਊਬਾਂ ਕਰਤੀਆਂ, ਸਾਰਾ ਕੰਮ ਕਰ ਦਿੱਤਾ ਗਿਆ। ਤੇ ਹੁਣ ਅਸੀਂ ਉੱਥੇ ਮਕੈਨੀਕਲ ਮਿਸਤਰੀ ਲੈ ਕੇ ਜਾਣੇ ਤੇ ਉਹਨਾਂ ਨੂੰ ਸਟਾਰਟ ਕਰਵਾਉਣਾ, ਜੋ ਵੀ ਉਹਨਾਂ ਦੇ ਵਿੱਚ ਦਿੱਕਤ ਹੋਏਗੀ ਸਾਰੀਆਂ ਦਿੱਕਤਾਂ ਦੂਰ ਕਰਾਂਗੇ। ਖਨੌਰੀ ਬਾਰਡਰ ਤੇ ਹਰਿਆਣੇ ਦੇ ਟਰੈਕਟਰ ਟਰਾਲੀਆਂ ਭਰ ਦਿੱਤੀਆਂ ਗਈਆਂ ਸਨ, ਕਿਸਾਨਾਂ ਦੇ ਚਿਹਰੇ ਮਰਝਾ ਗਏ ਸਨ ਕਿ ਇੱਕ ਪੁੱਤਾਂ ਵਾਂਗੂ ਪਾਲੇ ਟਰੈਕਟਰ ਉਹਨਾਂ ਦੇ ਤੋੜ ਦਿੱਤੇ ਗਏ ਸਨ। ਪਰ ਜਦੋਂ ਸਾਡਾ ਅਗਰਵਾਲ ਭਾਈਚਾਰੇ ਵਿੱਚੋਂ ਅੰਕਿਤ ਗਰਗ ਜੀ ਨੇ ਇਹ ਸਾਰਾ ਕੁਝ ਬਾਜ਼ਾਰ ਦੇਖਿਆ ਤਾਂ ਉਹਨਾਂ ਨੇ ਇੱਕ ਬੀੜਾ ਚੁੱਕਿਆ ਕਿ ਸਾਡੇ ਜਿਹੜੇ ਸਿੱਖ ਭਰਾ, ਇਹ ਕਿਸਾਨ ਭਰਾ ਨੇ, ਇਹਨਾਂ ਦਾ ਜਿਹੜਾ ਨੁਕਸਾਨ ਹੋਇਆ ਇਹ ਅਸੀਂ ਅਗਰਵਾਲ ਸਭਾ ਵੱਲੋਂ ਸਾਰਾ ਜਿਹੜਾ ਉਹ ਟਰੈਕਟਰ ਸਟਾਰਟ ਕਰਾਂਗੇ, ਜਿਨ੍ਹਾਂ ਦੇ ਟਾਇਰ ਪੈਣੇ ਟਾਇਰ ਪਾਵਾਂਗੇ। ਤੇ ਕਿਸਾਨਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ, ਸਭ ਤੋਂ ਵੱਡੀ ਖੁਸ਼ੀ ਸਾਨੂੰ ਇਸ ਗੱਲ ਦੀ ਹੈ ਕਿ ਜੋ ਸਰਕਾਰਾਂ ਨੇ ਹਿੰਦੂ ਸਿੱਖ ਨਾਂ ਦੇ ਉੱਤੇ ਸਾਨੂੰ ਪਾੜਨ ਦੀ ਨੀਤੀ ਚਲਾਈ ਸੀ, ਅੱਜ ਹਿੰਦੂ ਭਰਾ ਸਾਡੇ ਨਾਲ ਆ ਕੇ ਖੜ ਗਏ ਨੇ। ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਵਿੱਚ ਏਕਾ ਹੈ ਤੇ ਸਾਡੇ ਕਿਸਾਨੀ ਅੰਦੋਲਨ ਨੂੰ ਹਿੰਦੂ ਭਾਈਚਾਰੇ ਦੇ ਨਾਲ ਰਲ ਨਾਲ ਇੱਕ ਵੱਡਾ ਬਲ ਮਿਲਿਆ। ਹੁਣ ਅਸੀਂ ਦਿੱਲੀ ਨੂੰ ਕੂਚ ਕਰਕੇ ਰਵਾਂਗੇ ਤੇ ਸਾਡਾ ਅੰਕਿਤ ਗਰਗ ਨੂੰ ਬਹੁਤ ਧੰਨਵਾਦ ਹੈ। ਅੰਕਿਤ ਗਰਗ ਕਿਸਾਨ ਅੰਦੋਲਨ ਦੇ ਵਿੱਚ ਹਿੰਦੂ ਸਿੱਖ ਏਕਤਾ ਦੀ ਮਿਸਾਲ ਬਣਿਆ। ਉਸਨੇ ਜਿਹੜੇ ਕਿਸਾਨ ਅੰਦੋਲਨ ਦੇ ਦੌਰਾਨ ਖਨੌਰੀ ਬਾਰਡਰ ਦੇ ਜਿੰਨੇ ਕਿਸਾਨਾਂ ਦੇ ਟਰੈਕਟਰਾਂ ਦੇ, ਕਾਰਾਂ ਦੇ, ਹੋਰ ਜਿਹੜੇ ਨੁਕਸਾਨ ਹੋਏ, ਗੱਡੀਆਂ ਖਰਾਬ ਹੋਈਆਂ, ਟਾਇਰ ਬਦਲੇ, ਪੈਂਚਰ ਲਾਏ, ਔਰ ਲਗਾਤਾਰ ਇਹ ਸੇਵਾਵਾਂ ਵੱਲੋਂ ਨਿਭਾਈ ਜਾ ਰਹੀ ਹੈ। ਇਸ ਦੇ ਨਾਲ ਸਾਡਾ ਜਿਹੜਾ ਹਿੰਦੂ ਸਿੱਖ ਭਾਈਚਾਰਾ ਹੈ ਉਹ ਰਿਸ਼ਤਾ ਉਹ ਮਜ਼ਬੂਤ ਹੋਇਆ। ਜਿਹੜੇ ਲੋਕ ਕੁਝ ਦਰਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹੈ ਵੀ ਹਿੰਦੂ ਸਿੱਖ ਵੱਖਰੇ ਵੱਖਰੇ, ਨਹੀਂ ਨਹੀਂ, ਇਹ ਖੂਨ ਔਰ ਨੋਹ ਦਾ ਰਿਸ਼ਤਾ ਹੈ, ਉਸ ਦੀ ਮਿਸਾਲ ਅੰਕਿਤ ਗਰਗ ਬਣਿਆ। ਇਸ ਨੂੰ ਲੈ ਕੇ ਹਰ ਵਿਅਕਤੀ ਨੂੰ ਸੋਚਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰਾ ਮਜ਼ਬੂਤ ਹੈ, ਇਸ ਨੂੰ ਕੋਈ ਤੋੜ ਨਹੀਂ ਸਕਦਾ। ਕੈਮਰਾਮੈਨ ਪਰਸਮ ਦੇ ਨਾਲ ਪੁਰਸ਼ੋਤਮ ਕੌਸ਼ਿਕ, ਨਿਊਜ਼ 18 ਪੰਜਾਬ, ਪਾਤੜਾਂ।